ਉਤਾ ਉਠੀ ਵੇ ਨਾ ਬੈਠੀ ਹੋਏ ਕੀ ਹੋਏ ਪਤਾ ਹੋਵੇ ਨਾ ਇੱਕ ਮਿੰਟ ਬੈਠੀ ਜੀ ਹੋਈ ਹੈ ਬੈਠੀ ਹੁਣ ਕੀ ਕੀਤਾ ਮੈਂ ਬੈਠੀ ਜੀ ਹੋਈ ਇੱਥੇ ਤੇ ਮਾਂ ਵੀ ਅੱਧਾ ਕੀ ਤਾਂ ਮਾਂ ਮੰਜੇ ਤੇ ਬੈਠੀ ਰਹਿੰਦੀ ਮੰਜਾ ਤਰੋੜਨ ਵਾਸਤੇ ਮੈਂ ਤੇ ਵੈਸੇ ਗੱਲ ਹੀ ਕੀਤੀ ਹੈ ਨਾ ਕਿ ਸਾਰਾ ਖਲਾਰਾ ਬਣਿਆ ਤੇ ਤੂੰ ਵੀ ਤੈਨੂੰ ਵੀ ਕਰਨਾ ਹੁੰਦਾ ਏਡੀ ਤਾਂ ਕੋਈ ਵਾਲੇ ਬੁੱਢੀ ਹੋਈ ਜਿਹੜਾ ਤੂੰ ਕੰਮ ਨਹੀਂ ਕਰ ਸਕਦੀ ਚੱਲ ਮੈਂ ਆਪੇ ਕਰ ਲੈਣੀ ਆ ਤੂੰ ਨਹੀਂ ਕਰਦੀ ਮੈਂ ਕਰ ਲਈ ਸਾਂ ਮੇਰੇ ਤੇ ਅਹਿਸਾਨ ਕਰਨ ਦੀ ਕੋਈ ਲੋੜ ਨਹੀਂ ਮੈਨੂੰ ਆਂਦਾ ਹੈ ਕਰਨਾ ਮੈਂ ਗੱਲ ਹੋਰ ਕਰਦੀ ਆ ਮੈਨੂੰ ਜਵਾਬ ਉਲਟਾ ਹੀ ਮਿਲਦਾ ਕਿਉਂਕਿ ਤੂੰ ਹੈ ਹੀ ਉਲਟੇ ਦੇ ਕਾਬਲ ਅਜੀਬ ਰਾਨ ਨੇ ਤੂੰ ਬਈ ਤੂੰ ਵਸਾ ਨਹੀਂ ਸਕਦੀ ਪੁੱਤਰ ਦਾ ਘਰ ਤੇ ਉਜਾੜ ਤਾ ਫੱਫੇ ਕੁੱਟਣ ਤੋਂ ਇਲਾਵਾ ਕੋਈ ਕੰਮ ਹੀ ਨਹੀਂ ਤੈਨੂੰ ਦਿਮਾਗ ਖਰਾਬ ਸੱਸ ਵੀ ਦਿਮਾਗ ਖਰਾਬ ਕੀਤਾ ਹੋਇਆ ਘਰ ਵਾਲੇ ਵੀ ਦਿਮਾਗ ਖਰਾਬ ਕੀਤਾ ਹੋਇਆ ਕੀ ਬੰਦਾ ਕਰੇ ਅੱਗੇ ਤਾਂ ਕਾਲ ਗਈ ਅਕਟੀ ਹੁਣ ਮੁੜ ਦੁਬਾਰਾ ਕਾਲ ਕਰਦੇ ਆ ਹਾਂਜੀ ਅੱਗੇ ਜਿਸ ਟਾਈਮ ਤੇਰੇ ਨਾਲ ਗੱਲ ਕਰਦੀ ਪਈ ਆਮੋ ਉਸ ਟਾਈਮ ਮੇਰੀ ਸੱਚਾ ਮਰਨਾ ਗਤਿਆ ਉਤੋਂ ਮੇਰਾ ਘਰ ਵਾਲਾ ਆ ਗਿਆ ਉਹਨਾਂ ਮਰਨਾ ਗੱਤੀ ਰੱਖਿਆ ਮੇਰੇ ਦਮ ਦਾ ਚੰਗੀ ਭਲੀ ਲੜਾਈ ਹੋ ਗਈ ਤੈਨੂੰ ਆਪਣੀ ਪਈ ਰਾਂਦੀ ਚਲੋ ਠੀਕ ਮੈਂ ਕੰਮ ਕਰਦੀ ਪਈ ਹਾਂ ਤੇ ਹੁਣ ਮੈਂ ਕੰਮ ਕਰ ਕੇ ਬਾਅਦ ਵਿੱਚ ਗੱਲ ਕਰ ਸਾਂ ਹਾਂ ਠੀਕ ਹੈ ਨਹੀਂ ਜੋ ਖੈਰ ਦਾ ਹੋਇਆ ਇੱਕ ਰੋਟੀਆਂ ਤੋਂ ਇਲਾਵਾ ਕੋ ਹੋਰ ਕੀਤਾ ਹੀ ਜਿਸ ਤਰ੍ਹਾਂ ਸਾਰੇ ਇਕੱਠੇ ਕੀਤੇ ਕਰਾਇਆ ਘਰ ਦਾ ਕੰਮ ਕਰਦੀ ਤੀ ਹੁਣ ਕੀ ਨੂੰ ਕਰ ਕਰਦੀ ਤਾਂ ਪਈਆਂ ਜੀ ਉੱਤੂ ਕੋ ਬੰਦਾ ਆ ਜਾਵੇ ਹੈ ਆਏ ਹਾਲਾਤ ਵੇਖ ਲਾ ਇਹ ਵੀ ਜਲਾਬ ਚੁੱਕ ਲੈਣੀ ਆ ਨੂੰ ਤੁਸੀਂ ਆਏ ਤਾਂ ਤੁਹਾਡੇ ਕੋਲ ਬੈਗ ਨਹੀਂ ਚਲੋ ਠੀਕ ਹੈ ਬਾਲ ਵਾਗਨ ਸਕੂਲ ਹੋ ਤੇ ਮੈਂ ਜਾਂਦਾ ਪਿਆ ਨਿਸ਼ਾ ਰਹਿਤਾ ਹੈ ਮਾਰ ਇਜਾਜ਼ ਹੈ ਜਗਦੇਵ ਦਾ ਨੈਬ ਨਾਜ਼ਿਮ ਉਹਦਾ ਬਿਨ ਕੰਮ ਹੈ ਤੇ ਮੈਂ ਉਦੋਂ ਹੋ ਲਵਾਂ ਤੇ ਆਏ ਕੁਝ ਨਾ ਸਫਾਈ ਸਫੂਈ ਰੱਖੀ ਕਰ ਕੋਈ ਸੱਜਣ ਸਿਵਾ ਉਹ ਵੀ ਆ ਜਾਂਦਾ ਹੈ ਤੇ ਗੱਲ ਮੈਨੂੰ ਉੱਚੀ ਆਵਾਜ਼ ਐ ਕੀਤੀ ਕਰ ਮੈਂ ਡੋਰਾ ਨਹੀਂ ਮੂੰ ਅੱਛਾ ਕੀ ਕਰਦੇ ਨਹੀਂ ਆ ਹਾਂ ਛੇਕ ਕੇ ਗੱਲ ਕੀਤੀ ਕਰ ਤਿਆਰ ਲਗਾ ਸਬਜ਼ੀ ਫਿਰ ਕੋਈ ਲਈ ਆਈ ਜੇ ਮੈਂ ਟਾਈਮ ਨਾਲ ਆ ਗਿਆ ਤਾਂ ਸਬਜ਼ੀ ਲਈ ਉਸਾ ਨਹੀਂ ਤਾਂ ਬਾਲਾ ਆਮਣੇ ਹੀ 2-3 ਘੰਟੇ ਰਹਿੰਦੇ ਨੇ ਉਹਨਾਂ ਨੂੰ ਕਸ਼ਾ ਬਣਾ ਦੇਵੀਂ ਕੰਮ ਮੁੱਕਦਾ ਹੀ ਨਹੀਂ ਹੈ ਕੁਛ
चाले ही नहीं मुकदे किधर फोन बिजी आ तेरा भला कहीं ना फोन बिजी तेरा फोन और मेरा मेरा तो कोई ना बिजी और कोई नवा बाना करे लाग गए नवा बाना मैं की करना है अकाला चेक कर बत्ती काला मैं तेन कीतियां बत्ती मैं नहीं पता कदो तू काला कीतियां तो कदो तू नहीं कीतियां मेरा नंबर कोई ना बिजी दंबी देता मैं काम करदी वदिया नंबर मेरा खा खुल काम करदी वदिया मैं उठ दिया तेन फोन कर कर के थक गया मैं मेरे पराने पे उंदे रोटी पका छडी तेरा को फोन ही नहीं दिया दोई का लैंड तो रोज नवा क्यों ड्रामा बना रखता है उल्टा मैं बना रखता ड्रामा किदे बिजी मैं कंडा कहलू मैं फोन करना मैं के पता केड़े यार ना लगी होई केड़े यार ना तमीज ना रिया का विराल के मतलब विराल कॉल करके पूछो था मेरे हाल तो कोई ना मेरा नंबर कोई ना बिजी सर्विस का मसला होना है सर्विस का मसला सर्विस का मसला जी असली गल करो सर्विस ते आंदी खराब होंदी है दुवे पाकिस्तान दे विच किसे नहीं होंदी तेरा मसला की है की तू चाहना है दस मेनू की तू चाहना है हां रोज तेरा नवा कोई नवा तू नवा ड्रामा होंदा नवा तू नवा ड्रामा होंदा की चाहना है तू मैं कुछ भी नहीं चाहता मैं ना फोन ना बिजी कीता मेरा सरी भी ना बिजी फोन हो ਐਵੇਂ ਜਾਣ ਕੇ ਤੋ ਮਤ ਨਾ ਲਾ ਸਰਵਿਸ ਦਾ ਕੋਈ ਮਸਲਾ ਹੋਣਾ ਹੁਣ ਮੈਂ ਕੀ ਸਰਵਿਸ ਵਾਲੇ ਮੇਰੇ ਬੇਲੀ ਨੇ ਉਹਨਾਂ ਨੂੰ ਫੋਨ ਕਰਕੇ ਦੱਸ ਲੋਕਾਂ ਦੀ ਵੀ ਦਲਾਮ ਦਬਾ ਗਏ ਹੁਣ ਉਹਨਾਂ ਦੀ ਸਰਵਿਸ ਅੱਜ ਤੱਕ ਨਾ ਕਿੱਥੇ ਆਣੀ ਸਰਵਿਸ ਜਾਂਦੀ ਅੱਛਾ ਇਹ ਤੇ ਸਿਗਨਲ ਕਹੀ ਨਹੀਂ ਹੁੰਦੇ ਅੱਗੇ ਤੇ ਸਿਗਨਲ ਹੁੰਦੇ ਨਾ ਨਹੀਂ ਹੁੰਦਾ ਆਸ ਤਾਂ ਬੋਲਣਾ ਨਹੀਂ ਹੈ ਕਿ ਆਸ ਤਾਂ ਬੋਲ ਲੈ ਬੰਦਾ ਗੱਲ ਆਸ ਤਾਂ ਕਰ ਇਹਨੂੰ ਮਾਂ ਮੇਰੀ ਕੋਈ ਤਮੀਜ਼ ਸਿਖਾਈ ਕਰ ਨਾ ਮੇਰੇ ਉੱਤੇ ਨਾ ਚੜ ਗਈ ਇਹਨੂੰ ਕੋਈ ਤਮੀਜ਼ ਸਿਖਾਈ ਕਰ ਸਾਰਾ ਜੇ ਮੇਰੇ ਕੋਲ ਨਹੀਂ ਹੁੰਦੀ ਕਿਦੇ ਮੈਂ ਨੰਬਰ ਬੀਜ਼ੀ ਰੱਖਣਾ ਉਲਟਾ ਮੋੜ ਕੋ ਬਕਵਾਸ ਕਰ ਮੇਰੇ ਕੋ ਬਕਵਾਸ ਬਸ ਅੱਗੇ ਨਾ ਪਰਾ ਬਸ ਅੱਗੋ ਬਕਵਾਸ ਕਰਨੇ ਮੋੜ ਹਟ ਪਰਾ मार कुटाई तू इलावा कुत्ता खाने तू इलावा अब उठ जा मेरे को पता नहीं सुबह तक कंजर दे पुराने भी आने होंगे ते फोन तो लगी रहती 24 घंटे रोंदी जिसल मैं आवां सर रोण लग पौंदी ते कदी कोई बहाना ते कदी कोई तू यूं निकल जा घर आवड़दे ने कोई नहीं कि अजाब बनावण वास्ते आवड़दा तू ही ते वखरी अजाब बनी हुई होंदी ਇਹਦਾ ਤਾਂ ਮੈਂ ਇਲਾਜ ਕਰਵਾ ਲੈਂਦੀ ਹਾਂ ਮੈਂ ਆਪਣੇ ਕਰਦੀ ਹਾਂ ਬਿਨਾਂ ਨਾ ਫੋਨ ਬਿਨਾਂ ਨਾ ਗਏ ਢਾਈ ਖਲੋਤਾ ਹੁੰਦਾ ਹੈ ਬਿਨਾਂ ਨਾ ਗਏ ਢਾਈ ਖਲੋਤਾ ਹੁੰਦਾ ਹੈ ਕਿਉਂ ਕਿਹੜੀ ਵਜ੍ਹਾ ਤੂੰ ਮੈਂ ਕਰਦੀ ਹਾਂ ਆਪਣੇ ਬਾਈ ਮੁੰਨੀ ਨੂੰ ਫੋਨ ਹਾਂ ਭਾਈ ਕੀ ਮੇਰੀ ਗਲਤੀ ਆ ਕੀ ਮੇਰਾ ਕਸੂਰ ਆ ਵੱਟਾ ਸੱਟਾ ਕੀਤਾ ਹੀ ਨੇ ਤੇ ਉਹਨੇ ਬਿਨਾਂ ਨਾ ਗਏ ਮੈਨੂੰ ਫੈਨ ਤਾਂ ਲਾਈ ਖਲੋਤਾ ਹੁੰਦਾ ਬਿਨਾਂ ਕਿਸੇ ਗੱਲ ਬਾਤ ਤੂੰ ਕਿਹੜੀ ਵਜ੍ਹਾ ਤੂੰ ਕੀ ਮੇਰਾ ਕਸੂਰ ਹੈ ਇਹ ਕਸੂਰ ਹੈ ਕਿ ਮੈਂ ਤੇਰੇ ਵੱਟੇ 'ਚ ਪਰਨੀ ਗਈ ਹੈ ਮੈਨੂੰ ਆਪਣੇ ਵੱਟੇ 'ਚ ਪਰਨਾਇਆ ਹੀ ਬਿਨਾਂ ਨਾ ਗਾ ਡਰਾਮਾ ਬਣਾਈ ਰੱਖਦਾ ਹੈ ਮਾਂ ਨੂੰ ਕਦੀ ਇਹ ਨਹੀਂ ਸਮਝਾਇਆ ਵੀ ਤੂੰ ਇਹਨੂੰ ਕਿਉਂ ਕੁੱਟਦਾ ਹੈ ਕਿਹੜੀ ਵਜ੍ਹਾ ਤੂੰ ਕੁੱਟਦਾ ਮੈਨੂੰ ਨਹੀਂ ਪਤਾ ਨਾ ਛੜੇ ਮੈਂ ਹੈਲੋ ਕੀ ਬਣਿਆ ਰੋਸ਼ ਹੋ ਕੋਈ ਨਾ ਗੱਲ ਤਾਂ ਦੱਸ ਮੈਂ ਬਣਿਆ ਕੀ ਮਾਰਿਆ ਤੈਨੂੰ ਕਿਹੜੀ ਗੱਲ ਤੂੰ ਪਰੇਸ਼ਾਨ ਕੋਈ ਨਾ ਤੂੰ ਚੁੱਪ ਕਰੇ ਨਾ ਆ ਹੁਣੇ ਤੈਨੂੰ ਖੜੋ ਸੁਣੀ ਜਾ ਸੀ ਗਿਆ ਹਾਂ ਮੈਂ ਹੁਣੇ ਨਹੀਂ ਵੈਰ ਲੈ ਲੈਣਾ ਤੂੰ ਪਰੇਸ਼ਾਨ ਨਾ ਹੋ ਆ ਕੁੱਟੀ ਪਈ ਹੁਣੇ ਇਹ ਵੀ ਕਰੇ ਸੀ ਬਿਰਾ ਆਪਣੇ ਨਾਲ ਫੋਨ ਆ ਟੈਨਸ਼ਨ ਨਾ ਕਰ ਤੂੰ ਮੇਰੀ ਭੈਣ ਚੁੱਪ ਕਰੇ ਨਾ ਚੁੱਪ ਕਰ ਤੂੰ ਔਰ ਪਾਣੀ ਲਾਵੇ ਨਾ ਸਿਦਰਾ ਤੂੰ ਸਿਰਾਣਾ ਵੀ ਚਾਹ ਲਿਆਵੀ ਠੀਕ ਚੰਗਾ ਤੂੰ ਕੋਈ ਨਾ ਪਰੇਸ਼ਾਨ ਹੋ ਮੈਂ ਕਰ ਲੈਂਦਾ ਕੀ ਤੇਰੀ ਲੱਤਾਂ ਨੂੰ ਕੀ ਹੈ ਤੇ ਮੁੜ ਕਈ ਟਾਈਮ ਹੋ ਗਿਆ ਤੇਰੀ ਪਾਣੀ ਆਖਿਆ ਸਿਰਾਣਾ ਵੀ ਮੈਡਮ ਨੂੰ ਆਖਿਆ
ਲਿਆ ਦੇਨੀ ਆ ਪਾਣੀ ਪਹਿਲੇ ਲੈ ਕੇ ਆਈ ਆ ਅੱਗੇ ਤੂੰ ਨਹੀਂ ਆ ਲਿਆ ਦੇਨੀ ਹੈ ਮੇਰਾ ਕੀ ਕਬੂਲ ਹੈ ਦੱਸ ਤੂੰ ਨਹੀਂ ਅੱਗੇ ਤੈਨੂੰ ਕੋਈ ਨਾ ਅੱਖ ਦਸਰਾ ਲਾਇਆ ਮੈਂ ਤੈਨੂੰ ਕੀ ਕਹਿ ਦਸਰਾ ਲਿਆ ਦੇਨੀ ਹੈ ਮੈਨੂੰ ਮਾਰ ਦੇਣਾ ਨਾ ਪਾਣੀ ਤੋਂ ਲੈਂਦਾ ਤੇ ਸਿਰਾਲੇ ਦੋਏ ਹੱਥੇ ਕੀ ਆਏ ਬੰਨਾ ਹੋਇਆ ਹੈ ਹੈ ਇੱਧਰ ਆ ਨਿਕਲ ਉੱਧਰ ਨਿਕਲ ਪਾ ਚੱਗਾ ਲਜਾਈ ਨਾਮ ਦੀ ਤਾਂ ਭਰਾ ਨੂੰ ਫੋਨ ਕਰਕੇ ਦੱਸ ਨਹੀਂ ਆ ਨਾ ਮੇਰਾ ਕੀ ਕਸੂਰ ਹੁੰਦਾ ਮੈਨੂੰ ਐਵੇਂ ਮਾਰਨ ਲੱਗ ਪਿਆ ਹੈਲੋ ਮੇਰਾ ਗੁੱਗੂ ਕਿੱਥੇ ਮੈਂ ਆ ਮੁੰਨੇ ਨਾ ਮੈਨੂੰ ਮਾਰਿਆ ਪਤਾ ਨੀ ਮੇਰਾ ਕਸੂਰ ਵੀ ਕੋਈ ਨੀ ਆਇਆ ਤੇ ਮੈਨੂੰ ਪਤਾ ਨੀ ਕਿਹੜੀ ਵਜ੍ਹਾ ਤੋਂ ਮਾਰਿਆ ਨਹੀਂ ਬੱਚੇ ਸਕੂਲ ਗਏ ਹੋਏ ਨੇ ਕੋਈ ਘਰ ਰਹਿ ਗਏ ਮੈਨੂੰ ਮੁੰਨੀ ਨੇ ਮਾਰਿਆ ਮੈਂ ਬੜਾ ਧੋਂਦੇ ਵੀ ਮਾਰੀਆਂ ਨੇ ਮੁੱਕੀਆਂ ਮੈਨੂੰ ਨੀ ਪਤਾ ਮੈਨੂੰ ਆ ਕੇ ਲੈ ਜਾਣਾ ਉਹਨੂੰ ਆ ਕੇ ਪੁੱਛਣਾ ਕਿਉਂ ਇਹਨੇ ਮੈਨੂੰ ਮਾਰਿਆ ਵੇ ਮੈਨੂੰ ਨੀ ਭਾਈ ਪਤਾ ਹੈਗਾ ਚੱਲ ਠੀਕ ਹੀ ਆਇਆ ਹੈਲੋ ਰੋਂਦੀ ਕਿਉਂ ਪਈ ਪਹਿਲੇ ਮੇਰੇ ਗੱਲ ਤਾਂ ਕਰ ਲਾ ਅੱਛਾ ਬੋਸ ਕਿਉਂ ਮਾਰਿਆ ਚਲੋ ਠੀਕ ਹੈ ਮੈਂ ਉਹਨਾਂ ਦਾ ਮਾਲ ਨੂੰ ਮੰਦਰ ਛਾਂ ਤੇ ਡੱਕ ਲਵਾਂ ਤੇ ਮੈਂ ਆਇਆ ਚੱਲ ਗਰਮਾ ਲਿਆ ਤੂੰ ਵੀ ਪਰ ਬਰਿੰਦਾ ਚੱਲ ਆ ਉਠੀ ਹਲਾ ਚੁੱਪ ਕਰ ਪਾਇਆ ਚਲੀਏ ਉਹ ਖਲੋਵੇ ਨਾ ਬਾਜਾ ਬਾਜੇ ਹੋ ਰਿਹਾ ਤੂੰ ਅਗਾਂ ਕਿਤੇ ਬਾਜਿਆ ਇੱਥੇ ਮੈਂ ਵੇਨਾ ਛੜ ਪਰਾ ਬਾ ਛੜ ਜਾ ਰੰਦੀ ਇੱਥੇ ਮੈਂ ਵੇਨਾ ਉਹ ਛੜ ਮੈਂ ਲੈ ਕੇ ਜਾਵਣੀ ਚੱਲ ਇੱਥੇ ਕਿਤੇ ਲੈ ਜਾਵਣੀ ਮੈਂ ਘਰ ਲੈ ਜਾਵਾਂ ਯਾਰ ਆਪਣਾ ਕੰਮ ਕਰ ਤੂੰ ਇੰਦੇ ਵੱਟੇ ਤੈਨੂੰ ਦਿੱਤੀ ਹੋਈ ਏ ਉਹ ਸਾਹਿਬ ਜੀ ਲਈ ਵਿਆਹ ਤੇ ਲੈ ਜਾ ਨਿਕਲ ਗਿਆ ਬਾਪ ਚ ਬਾਹਰ ਇੱਥੇ ਬਾਹਰ ਨਹੀਂ ਤੇ ਵੱਟੇ ਦਿੱਤੇ ਉਹ ਕਾ ਬਾਪ ਚ ਬਾਹਰ ਉਹ ਮੇਰੀ ਗੱਲ ਲਓ ਸੁਣੋ ਹਾਂ ਦੱਸ ਤੂੰ ਮੇਰੀ ਬਹਿਣ ਨੂੰ ਮਾਰਿਆ ਨਹੀਂ ਹਾਂ ਮੈਂ ਹੁਣੇ ਤੇਰੇ ਨਾਲ ਮੋਕ ਲੈਣਾ ਚਲੋ ਠੀਕ ਹੈ ਉਹਦਾ ਕਰ ਲਵੀ ਚੱਲ ਵੱਜ ਜਾ ਜਿਹੜੇ ਤੁਹਾਨੂੰ ਬਹਿਣ ਬਿਨਾਂ ਮੈਨੂੰ ਵਾਗ ਲੱਗੀ ਹੋਈ ਏ ਬਾਹਰ ਉੱਥੇ ਗਾ ਕਿੰਨੀ ਠਾ ਠਾ ਵਾਇਰਲੈਸ ਕੀਤੀ ਤੇ ਬਾਜਿਆ ਚੂਹਾ ਜਿਹਾ ਅਗਰ ਨਿਕਲ ਘਰ ਤੋਂ ਜਾ ਕੇ ਪ੍ਰਕਾਸ਼ ਕਰ ਨਿਕਲ ਜਿਹੜਾ ਨਾ ਕੋਈ ਮਿੰਟ ਹੋਰ ਹੀ ਕਰਨਾ ਪਵਣਾ ਹੈ ਤੈਨੂੰ ਜਿਹੜਾ ਨਾ ਇਹ ਸੰਨੀ ਮਾਈ ਦਾ ਗੋਸ਼ਤ ਖਾਧਾ ਹੋਇਆ ਹੈ ਤੇ ਕੋ ਤਬੀਅਤ ਇਹਦੀ ਬਣਾਉਣੀ ਪਵਣੀ ਵੇਖੇ ਨੂੰ ਤਾਂ ਛਾਕ ਟੁੱਟ ਹੋਇਆ ਇਹਨੂੰ ਆ ਕਮਰਾ ਬਾਇਆ ਖਿੱਚ ਲਈਏ ਇਹਦੇ ਵਿੱਟੇ ਚ ਕਾਹਦੀ ਦਿਸ ਲਈ ਹੋ ਵੀ ਚਲੀਏ ਚਲੀਏ ਉਤਾ ਉਠੀ ਵੇ ਨਾ ਬੈਠੀ ਹੋਏ ਕੀ ਹੋਏ ਪਤਾ ਹੋਵੇ ਨਾ ਅਗਮੇ ਬੈਠੀ ਜੀ ਹੋਈ ਹੈ ਬੈਠੀ ਹੋਣ ਕੀ ਕੀਤਾ ਮੈਂ ਬੈਠੀ ਜੀ ਹੋਈ ਹੈ ਇੱਥੇ ਤੇਰੀ ਮਾਂ ਦੀ ਅੱਧਾ ਕੀ ਤੇ ਮਾਂ ਤੁੱਕੀ ਅੱਖੀ ਤੁੱਕੀ ਅੱਖੀ ਆ ਤੇਰੀ
शिकारी कुत्ते दे मुंह वाले ना फेर पूछ ओरा बाजा चलिए इन्हें जो ला जाना सो नाल ले आंदा जड़ी दोई भैन बट्टे घर बाई होई सो छेड़ी बन गया रोंदी सुरात नू चुप कर घरों का मामी घरों का छेड़ी है मेरी मर्जी आवा ना आवा तो काट ना तेन भी पाया नहीं गई तू बिरा के दे बिरा आ बैठे टाकते बुड़ी आऊं दे जा मेरे नाल कलाम ना कर खाद दें मुफ्त का माल समझो बैठा है बैठा तू खरी है तू अपनी
अस्सलाम वालेकुम गाइस, कैसे हैं आप सब। मैं उम्मीद करती हूँ जी आप सब खैरियत से होंगे, हम भी ठीक ठाक हैं। तो ये मेरी टीम है, अमान स्टूडियो की टीम है। तो पहली बात ये है कि वट्टा सट्टा ना करें यार। वट्टा सट्टा जब हम लोग करते हैं तो यही असर होता है, जैसे कि एक कसूरवार होती है और दूसरी बेकसूर मारी जाती है। तो बराए मेहरबानी करें वट्टा सट्टा ना करें। अगर हमारी आज की वीडियो आप लोगों को अच्छी लगे, इसे लाइक करना है, शेयर करना है एंड हमारे चैनल को सब्सक्राइब करना है, अमान स्टूडियो को, अली अबूजर मेहदी को, उस चैनल को भी सब्सक्राइब करना है। तो ये हशर होता है वट्टे सट्टे का, तो मतलब ना करें यार, मेहरबानी करें वट्टा सट्टा ना करें, इससे बेहतर है कि पाकिस्तान जिंदाबाद।